ਸੱਤਵੀਂ ਕਹਾਣੀ ਪਰਮਾਤਮਾ ਯਾਕੂਬ ਜੋ ਅਸੀਸ ਦਿੱਤੀ। ਜਦ ਉਸੇ ਬੱਚੇ ਵੱਡੇ ਹੋਈ ਗਏ ਤਾਂ ਯਾਕੂਬੇ ਜੋ ਘਰੇ ਰਹਿਣਾ ਖਰਾ ਲੱਗਾ, ਅਪਰ ਐਸਾਬੇ ਜੋ ਜਾਨਵਰਾਂ ਦਾ ਸ਼ਿਕਾਰ ਕਰਨਾ ਖਰਾ ਲੱਗਾ। ਰਿਬਕਾ ਯਾਕੂਬੇ ਨੇ ਬੜਾ ਲਾਡ ਪਿਆਰ ਕਰਦੀ ਸੀ, ਅਪਰ ਇਸਹਾਕ ਐਸਾਬੇ ਨੇ ਬੜਾ ਲਾਡ ਪਿਆਰ ਕਰਦਾ ਥਾ। ਇੱਕ ਦਿਨ ਜਦ ਉਹ ਇਸਹਾਕ ਸ਼ਿਕਾਰ ਕਰੀਨੇ ਵਾਪਸ ਆਇਆ ਤਾਂ ਤਿਸੀਓ ਬੜੀ ਭੁੱਖ ਲੱਗੀ ਸੀ। ਐਸਾਬੇ ਆਪਣੇ ਲੋਕੇ ਬਹੂਏ ਯਾਕੂਬੇ ਨੇ ਗਲਾਇਆ, ਜਿਹੜਾ ਤੈ ਪਕਾਇਆ ਹੈ ਤਿਸ ਥੋੜਾ ਖਾਣੇ ਜੋ ਮਿੰਜੋ ਵੀ ਦੇ। ਯਾਕੂਬੇ ਜਵਾਬ ਦਿੱਤਾ, ਪਹਿਲੇ ਮਿੰਜੋ ਨੇ ਇਹ ਵਾਅਦਾ ਕਰ ਕਿ ਆਪਣਾ ਪਹਿਲੋਟੇ ਦਾ ਹੱਕ ਮਿੰਜੋ ਦੇ ਦੇ, ਤਾਂ ਮੈਂ ਤੀਜੋ ਸਭ ਕੁਛ ਖਾਣੇ ਜੋ ਦੇ ਦਿੰਗਾ। ਇਸ ਵਕਤ ਐਸਾਬੇ ਆਪਣਾ ਪਹਿਲੋਟਾ ਹੋਣੇ ਦਾ ਹੱਕ ਯਾਕੂਬੇ ਜੋ ਦੇ ਦਿੱਤਾ। ਇਸ ਤੇ ਬਾਅਦ ਯਾਕੂਬੇ ਐਸਾਬੇ ਜੋ ਥੋੜਾ ਖਾਣਾ ਦੇ ਦਿੱਤਾ। ਇਸਹਾਕ ਐਸਾਬੇ ਜੋ ਅਸੀਸ ਦੇਣਾ ਚਾਹੁੰਦਾ ਥਾ, ਅਪਰ ਇਸ ਤੇ ਪਹਿਲੇ ਕਿ ਤਿੰਨੀ ਇਹ ਕੀਤਾ, ਰਿਬਕਾ ਯਾਕੂਬੇ ਜੋ ਐਸਾਬੇ ਦੀ ਜਗ੍ਹਾ ਇਸਹਾਕੇ ਅਲੀ ਗਲੀ ਦਿੱਤਾ, ਕਜੋ ਕਿ ਇਸਹਾਕ ਜਬਰਾ ਹੋ ਗਿਆ ਥਾ, ਕਨੇ ਤਿਸੀਓ ਘੱਟ ਦੁਸਦਾ ਥਾ। ਇਸ ਤਾਈ ਯਾਕੂਬੇ ਐਸਾਬੇ ਦੇ ਕੱਪੜੇ ਪਹਿਨੇ, ਕਨੇ ਬੱਕਰੀ ਦੀ ਖੱਲਾ ਜੋ ਆਪਣੇ ਹੱਥਾਂ ਚ ਕਨੇ ਗਲੇ ਚ ਲਪੇਟੀ ਲਿਆ। ਯਾਕੂਬ ਇਸਹਾਕੇ ਅਲੀ ਆਇਆ, ਕਨੇ ਗਲਾਇਆ, ਮੈਂ ਐਸਾਬੇ ਹੈ, ਮੈਂ ਇਸ ਤਾਈ ਆਇਆ ਕਿ ਤੂੰ ਮਿੰਜੋ ਆਸੀਸ ਦੇ। ਜਾਲੂ ਇਸਹਾਕੇ ਬੱਕਰੀਏ ਦੇ ਬਾਲਾਂ ਜੋ ਮਹਿਸੂਸ ਕੀਤਾ, ਕਨੇ ਤਿਸ ਦੇ ਕੱਪੜਿਆਂ ਜੋ ਸੁੰਘਿਆ, ਕਨੇ ਸੋਚਿਆ ਇਹ ਤਾਂ ਐਸਾਬੇ ਹੈ, ਕਨੇ ਤਿਸੀਓ ਆਸੀਸ ਦਿੱਤੀ। ਐਸਾਬੇ ਯਾਕੂਬੇ ਨੇ ਬੈਰ ਰੱਖਿਆ, ਕਜੋ ਕਿ ਯਾਕੂਬੇ ਇਸ ਦੇ ਪੈਲੋਠੇ ਹੋਣੇ ਦਾ ਹੱਕ ਖੋਹੀ ਲਿਆ ਥਾ, ਤਿੰਨੀ ਪਿਤੇ ਤੇ ਆਸੀਸਾਂ ਜੋ ਵੀ ਪਾਈ ਲਿਆ ਥਾ। ਫਿਰ ਐਸਾਬੇ ਸੋਚਿਆ ਕਿ ਮੈਂ ਆਪਣੇ ਪਿਤੇ ਦੇ ਮਰਨੇ ਤੇ ਬਾਅਦ ਯਾਕੂਬੇ ਜੋ ਜਾਨੀ ਤੇ ਮਾਰੀ ਦਿੰਗਾ, ਅਪਰ ਰਿਬਕਾ ਐਸਾਬੇ ਦੀ ਯੋਜਨਾ ਜੋ ਸੁਣੀ ਲਿਆ, ਤਾਂ ਤਿੰਨੇ ਯਾਕੂਬੇ ਜੋ ਆਪਣੇ ਰਿਸ਼ਤੇਦਾਰਾਂ ਅਲੀ ਗਲੀ ਦਿੱਤਾ। ਯਾਕੂਬ ਮਤੇ ਸਾਲ ਰਿਬਕਾ ਦੇ ਰਿਸ਼ਤੇਦਾਰਾਂ ਸੋਗੀ ਰਿਹਾ। ਇਸ ਵਕਤ ਤਿੰਨੀ ਵਿਆਹ ਕੀਤਾ, ਕਨੇ ਇਸ ਦੇ 12 ਜਾਗਤ ਕਨੇ ਇੱਕ ਕੁੜੀ ਪੈਦਾ ਹੋਏ। ਪਰਮਾਤਮਾ ਤਿਸੀਓ ਅਮੀਰ ਬਣਾਈ ਦਿੱਤਾ। 20 ਸਾਲ ਤੀਕਰ ਆਪਣੇ ਘਰ ਕਨਾਨ ਦੇਸ਼ੇ ਚ ਰਹਿਣੇ ਤੇ ਬਾਅਦ ਯਾਕੂਬ ਆਪਣੇ ਪਰਿਵਾਰੇ, ਆਪਣੇ ਦਾਸਾਂ, ਕਨੇ ਆਪਣੇ ਜਾਨਵਰਾਂ ਸੋਗੀ ਵਾਪਸ ਆਈ ਗਿਆ। ਯਾਕੂਬ ਬੜਾ ਡਰਿਆ ਥਾ, ਕਜੋ ਕਿ ਤਿੰਨੀ ਸੋਚਿਆ ਕਿ ਐਸਾਬ ਅਲੀ ਵੀ ਤਿਸੀਓ ਜਾਨੀ ਤੇ ਮਾਰਨਾ ਚਾਹੁੰਦਾ ਥਾ। ਇਸ ਤਾਈ ਤਿੰਨੀ ਐਸਾਬ ਜੋ ਆਪਣੇ ਮਤੇ ਜਾਨਵਰ ਉਪਹਾਰ ਦੇਣੇ ਤਾਈ ਗੱਲਿਆ। ਜਿੱਥੋਂ ਜਾਈ ਕਰੀ ਤਿੰਨਾਂ ਐਸਾਬੇ ਜੋ ਗਲਾਇਆ, ਤੇਰਾ ਦਾਸ ਯਾਕੂਬ ਇਹਨਾਂ ਜਾਨਵਰਾਂ ਜੋ ਤੀਜੋ ਦਿੰਦਾ ਹੈ ਸਹਿ ਬੜਾ ਤੋਲਾ ਵਾਪਸ ਆਉਂਦਾ ਹੈ, ਅਪਰ ਐਸਾਬੇ ਯਾਕੂਬੇ ਜੋ ਪਹਿਲੇ ਹੀ ਮਾਫ ਕਰੀ ਦਿੱਤਿਆ ਥਾ, ਸਹਿ ਤਿਸੀਓ ਇੱਕ ਵਾਰੀ ਫਿਰ ਦਿੱਖੀ ਕਰੀ ਬੜਾ ਖੁਸ਼ ਹੋਇਆ। ਇਸ ਤੇ ਬਾਅਦ ਯਾਕੂਬ ਕਨਾਨ ਦੇਸ਼ੇ ਚ ਸਾਂਤੀਏ ਨੇ ਰਿਹਾ। ਫਿਰ ਇਸਹਾਕ ਮਰੀ ਗਿਆ, ਕਨੇ ਯਾਕੂਬੇ ਤਿਸੀਓ ਦਫਨਾਇਆ। ਵਾਅਦੇ ਜਿਹੜੇ ਪਰਮਾਤਮਾ ਅਬਰਾਹਿਮ ਨੇ ਕੀਤੇ ਉੱਥੇ ਸਹਿ ਹੁਣ ਇਸਹਾਕੇ ਤੇ ਯਾਕੂਬੇ ਜੋ ਦਿੱਤੇ।